ਬਠਿੰਡਾ ਦੇ ਅੰਬੇਦਕਰ ਪਾਰਕ ਵਿੱਚ ਅਧਿਆਪਕਾਂ ਵੱਲੋਂ ਰੋਸ ਧਰਨਾ ਦਿੱਤਾ ਗਿਆ ਅਤੇ ਉਹਨਾਂ ਵੱਲੋਂ ਪੰਜਾਬ ਸਰਕਾਰ ਦੀ ਇਕੱਠੀ ਵੀ ਫੂਕੀ ਗਈ। ਉਹਨਾਂ ਨੇ ਕਿਹਾ ਕਿ ਸਰਕਾਰ 2022 ਦੀਆਂ ਚੋਣਾਂ ਲਈ ਕ੍ਰੈਡਿਟ ਲੈਣਾ ਚਾਹੁੰਦੀ ਹੈ, ਜਿਸ ਲਈ ਅਧਿਆਪਕਾਂ ਤੋਂ ਗੈਰ ਸਿੱਖਿਅਕ ਕੰਮ ਵੀ ਕਰਵਾਏ ਜਾ ਰਹੇ ਹਨ। ਇਸ ਦੌਰਾਨ ਅਧਿਆਪਕਾਂ ਨੇ ਕਿਹਾ ਕਿ ਪੂਰੇ ਸੰਸਾਰ ਉੱਤੇ ਕੋਰੋਨਾ ਮਹਾਮਾਰੀ ਫੈਲੀ ਹੋਈ ਹੈ, ਜਿਸ ਨੂੰ ਲੈ ਕੇ ਬਹੁਤ ਸਾਰੀਆਂ ਗਾਈਡਲਾਈਨਸ ਸਾਵਧਾਨੀਆਂ ਲਗਾਤਾਰ ਜਾਰੀ ਹਨ, ਜਿਨ੍ਹਾਂ ਵਿੱਚ ਬਿਨਾਂ ਕੰਮ ਤੋਂ ਬਾਹਰ ਜਾਣ ਦੇ ਨਾਲ ਨਾਲ ਵਾਧੂ ਦਾ ਮੇਲ ਮਿਲਾਪ ਕਰਨ ਤੋਂ ਵੀ ਗੁਰੇਜ਼ ਕੀਤਾ ਜਾਂਦਾ ਹੈ। ਉਸ ਦੇ ਬਾਵਜੂਦ ਸਰਕਾਰ ਅਧਿਆਪਕਾਂ ਨੂੰ ਲੋਕਾਂ ਦੇ ਘਰੇ ਭੇਜ ਕੇ ਇਸ ਮਹਾਮਾਰੀ ਦੇ ਮੂੰਹ ਵਿੱਚ ਧੱਕ ਰਹੀ ਹੈ ਅਤੇ ਸਮਾਰਟ ਸਕੂਲਾਂ ਦਾ ਨਾਂ ਲੈ ਕੇ ਭੁਲੇਖੇ ਪਾਏ ਜਾ ਰਹੇ ਹਨ। ਅਧਿਆਪਕਾਂ ਨੇ ਕਿਹਾ ਕਿ ਉਹਨਾਂ ਦੀਆਂ ਹੱਕੀ ਮੰਗਾਂ ਲਈ ਸਰਕਾਰ ਮੀਟਿੰਗ ਦਾ ਸਮਾਂ ਦੇ ਕੇ ਵਾਰ ਵਾਰ ਰੱਦ ਕਰ ਰਹੀ ਹੈ। ਅਸੀਂ ਅੱਜ ਡਾਕਟਰ ਅੰਬੇਡਕਰ ਬੁੱਤ ਦੇ ਕੋਲ ਬਠਿੰਡਾ ਵਿਖੇ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦਾ ਜਿਹੜਾ ਪੁਤਲਾ ਅਸੀਂ ਚੌਂਕ ਦੇ ਵਿੱਚ ਫੂਕਿਆ ਗਾ। ਇਹ ਸਰਕਾਰ ਸਿੱਖਿਆ ਮੰਤਰੀ ਸਿੱਖਿਆ ਸਕੱਤਰ ਜਥੇਬੰਦੀ ਨੂੰ ਵਾਰ ਵਾਰ ਮੀਟਿੰਗਾਂ ਦੇ ਕੇ ਮੁੱਕਰ ਰਿਹਾ, ਕਿਉਂਕਿ ਸਾਡੇ ਨਾਲ ਮੀਟਿੰਗ ਕਰਨ ਦਾ ਮਤਲਬ ਉਹਨੂੰ ਇਹ ਆ ਕਿ ਅਧਿਆਪਕਾਂ ਦੀਆਂ ਮੰਗਾਂ ਮਸਲੇ ਲਈ ਕੰਨ ਧਰਾਉਣਾ। ਅਸੀਂ ਇਸ ਕਰਕੇ ਉਹ ਅਧਿਆਪਕਾਂ ਦੇ ਮਸਲੇ ਸਕੂਲਾਂ ਦੇ ਮਸਲੇ ਆ ਉਹਨਾਂ ਨੂੰ ਸੰਬੋਧਿਤ ਨਹੀਂ ਹੋ ਰਹੇ, ਇਸ ਕਰਕੇ ਉਹ ਮੀਟਿੰਗਾਂ ਤੋਂ ਵਾਰ ਵਾਰ ਟਾਲਾ ਵੱਟ ਰਹੇ ਆ। ਅੱਜ ਜਥੇਬੰਦੀ ਦੇ ਸੂਬਾ ਕਮੇਟੀ ਦੀ ਕਾਲ 'ਤੇ ਅਸੀਂ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਦਾ ਇੱਥੇ ਚੌਂਕ ਦੇ ਵਿੱਚ ਪੁਤਲਾ ਫੂਕਿਆ। ਅਸੀਂ ਲਗਾਤਾਰ ਸੰਘਰਸ਼ ਦੇ ਵਿੱਚ ਹਾਂ। ਹੁਣ ਵੀ ਜਿਹੋ ਜਿਹੀ ਕੋਰੋਨਾ ਦੀ ਭਿਆਨਕ ਬਿਮਾਰੀ ਆ, ਇਸ ਭਿਆਨਕ ਬਿਮਾਰੀ ਦੇ ਵਿੱਚ ਵੀ ਜੇ ਸਾਨੂੰ ਬਾਹਰ ਨਿਕਲਣਾ ਪੈ ਰਿਹਾ, ਇਹਦਾ ਮਤਲਬ ਕੋਈ ਸਾਡੀਆਂ ਆਰਥਿਕ ਮੰਗਾਂ ਅਸੀਂ ਸਾਰੀਆਂ ਡਿਲੇਅ ਕੀਤੀਆਂ ਹੋਈਆਂ ਹੈਗੀਆਂ ਆਰਥਿਕ ਮੰਗਾਂ ਵੀ, ਪਰ ਜਿੰਨਾ ਉਹਨਾਂ ਨੇ ਸਕੂਲਾਂ ਦੇ ਵਿੱਚ ਖਲੈਰਾ ਪਾਇਆ ਹੋਇਆ ਸਮਾਰਟ ਸਕੂਲ ਪਾਲਿਸੀ ਦੇ ਨਾਂ 'ਤੇ, ਸਕੂਲਾਂ ਨੂੰ ਅਧਿਆਪਕਾਂ ਨੂੰ ਦਾਖਲਾ ਮੁਹਿੰਮ ਵਧਾਉਣ ਦੇ ਵਾਸਤੇ ਘਰ ਘਰ ਡੋਰ ਡੋਰ ਤੁਰਿਆ ਜਾ ਰਿਹਾ ਕੋਰੋਨਾ ਸੰਕਟ ਦੇ ਵਿੱਚ। ਜਿੱਥੇ ਸਖ਼ਤ ਪਾਬੰਦੀਆਂ ਲਾਈਆਂ ਲੋਕਾਂ ਨੂੰ ਬਾਹਰ ਨਿਕਲਣ 'ਤੇ, ਉੱਥੇ ਅਧਿਆਪਕਾਂ ਨੂੰ ਘਰਾਂ ਦੇ ਵਿੱਚ ਤੁਰਿਆ ਜਾ ਰਿਹਾ, ਕਿਉਂਕਿ 2022 ਦਾ ਚੋਣ ਏਜੰਡਾ ਬਣਾਉਣਾ ਗਾ। ਇਸ ਕਰਕੇ ਉਹਨਾਂ ਦੀਆਂ ਪੋਲੀਟੀਕਲ ਲੋੜਾਂ ਦੇ ਵਿੱਚੋਂ ਇਹ ਸਾਰਾ ਕੁਝ ਆ ਜਿਹੜਾ ਸਿੱਖਿਆ ਸਕੱਤਰ ਅਤੇ ਸਿੱਖਿਆ ਮੰਤਰੀ ਕਰ ਰਿਹਾ, ਅਸੀਂ ਇਹਨੂੰ ਹਰਗਜ਼ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਲਗਾਤਾਰ ਸੰਘਰਸ਼ ਦੇ ਵਿੱਚ ਰਹੇ ਹਾਂ, ਰਹਾਂਗੇ ਭਵਿੱਖ ਵਿੱਚ ਵੀ, ਜਿੰਨੀ ਲੋੜ ਹੋਈ ਅਸੀਂ ਸੰਘਰਸ਼ ਨੂੰ ਹਮੇਸ਼ਾ ਸੰਬੋਧਿਤ ਹੋਵਾਂਗੇ। ਅੱਜ ਸਾਡਾ ਯਾਨੀ ਕਿ ਧਰਨਾ ਜਿਹੜਾ ਹੈਗਾ ਇਹ ਬਹੁਤ ਸਾਰੀਆਂ ਸਮੱਸਿਆਵਾਂ ਪਿਛਲੇ ਦਿਨਾਂ 'ਚ ਕਰੋਨਾ ਪੀਰੀਅਡ ਦੇ ਦੌਰਾਨ ਅਧਿਆਪਕਾਂ ਨੂੰ ਆਈਆਂ ਨੇ, ਅਤੇ ਇੱਕ ਅਸੀਂ ਸਿੱਖਿਆ ਮੰਤਰੀ ਨਾਲ ਇਸ ਤੋਂ ਪਹਿਲਾਂ, ਕਿਉਂਕਿ ਚੋਣਾਂ ਦਾ ਵਾਰਾ ਹੈ ਅਤੇ ਪਿਛਲੇ ਚੋਣਾਂ ਦੇ ਵਿੱਚ ਜੋ ਕਾਂਗਰਸ ਸਰਕਾਰ ਨੇ ਵਾਅਦੇ ਕੀਤੇ ਸੀਗੇ ਵੀ ਇੱਥੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਾਂਗੇ ਅਤੇ ਹੋਰ DA ਦੀਆਂ ਕਿਸ਼ਤਾਂ ਦੇਵਾਂਗੇ, ਮਹਿੰਗਾਈ ਭੱਤਾ ਦੇਵਾਂਗੇ, ਬਹੁਤ ਇਹੋ ਜਿਹੇ ਵਾਅਦੇ ਕਰਕੇ ਵੋਟਾਂ ਲੈ ਕੇ ਉਹ ਰਾਜਗੱਦੀ 'ਤੇ ਆਏ ਸੀ। ਅਸੀਂ ਉਹ ਵਾਅਦਾ ਯਾਦ ਕਰਾਉਣ ਵਾਸਤੇ ਸੰਗਰੂਰ ਰੈਲੀ ਰੱਖੀ ਸੀ, ਪਰ ਉੱਥੋਂ ਦੇ ਮਤਲਬ ਜਿਹੜਾ ਪ੍ਰਸ਼ਾਸਨ ਨੇ ਵਿੱਚ ਪੈ ਕੇ ਸਾਡੀ ਸਿੱਖਿਆ ਮੰਤਰੀ ਨਾਲ ਮੀਟਿੰਗ ਤੈਅ ਕਰਵਾਈ ਸੀ ਵੀ ਤੁਹਾਡੀਆਂ ਗੱਲਾਂ ਅਸੀਂ ਸੁਣਾਂਗੇ, ਤੁਹਾਡੀਆਂ ਗੱਲਾਂ ਅਸੀਂ ਮੰਨਾਂਗੇ ਵੀ ਅਸੀਂ ਮੀਟਿੰਗ ਕਰਨ ਵਾਸਤੇ ਤਿਆਰ ਹਾਂ, ਤੁਸੀਂ ਰੈਲੀ ਨੂੰ ਜਿਹੜੀ ਪੋਸਟਪੋਨ ਕਰ ਲਓ। ਅਸੀਂ ਇਸ ਭਰੋਸੇ ਦੇ ਉੱਤੇ ਵੀ ਉਹ ਸਾਡੀ ਗੱਲ ਸੁਣਨਗੇ, ਅਸੀਂ ਰੈਲੀ ਪੋਸਟਪੋਨ ਕਰ ਦਿੱਤੀ, ਪਰ ਲਗਾਤਾਰ ਯਾਨੀ ਕਿ ਉਹ ਮਤਲਬ ਮਈ ਦਾ ਸਾਰਾ ਮਹੀਨਾ ਟੱਪ ਗਿਆ, ਮੀਟਿੰਗ ਦੇ ਕੇ ਮੁੱਕਰ ਰਹੇ ਨੇ ਵਾਰ ਵਾਰ, ਅਤੇ ਸਾਡੇ ਨਾਲ ਯਾਨੀ ਕਿ ਕੋਈ ਉਹਨਾਂ ਨੇ ਮੀਟਿੰਗ ਨਹੀਂ ਕੀਤੀ ਗਈ ਅਤੇ ਕੋਈ ਸਾਨੂੰ ਇੰਟੀਮੇਟ ਵੀ ਨਹੀਂ ਕੀਤਾ ਵੀ ਕਦੋਂ ਮੀਟਿੰਗ ਕਰਨਗੇ। ਇਸ ਰੋਸ ਵਜੋਂ ਅੱਜ ਅਸੀਂ ਸਿੱਖਿਆ ਮੰਤਰੀ ਦੀ ਜਿਹੜੀ ਅਰਥੀ ਆ ਉਹ ਸਾੜਨ ਵਾਸਤੇ ਇਹ ਪ੍ਰੋਗਰਾਮ ਆ ਜਿਹੜਾ ਕਰ ਰਹੇ ਹਾਂ। ਬਠਿੰਡਾ ਤੋਂ ਸੁਖਮੰਦਰ ਸਿੰਘ ਦੀ ਰਿਪੋਰਟ।